ਇੱਕ ਵਾਰ ਫਿਰ ਸਿੱਖ ਦੀ ਪੱਗ ਨੇ ਇੱਕ ਵਿਅਕਤੀ ਨੂੰ ਜੀਵਨ ਦਾਨ ਦਿੱਤਾ ਹੈ। ਲੁਧਿਆਣਾ ਵਿੱਚ ਅਸ਼ਟਮੀ ਪੂਜਾ ਦੀ ਸਮੱਗਰੀ ਨਹਿਰ 'ਚ ਵਹਾਉਣ ਗਏ ਇੱਕ ਵਿਅਕਤੀ ਦਾ ਪੈਰ ਤਿਲਕਣ ਕਾਰਨ ਉਹ ਨਹਿਰ 'ਚ ਜਾ ਡਿੱਗਾ। ਇਸੇ ਦੌਰਾਨ ਕੋਲੋਂ ਲੰਘ ਰਹੇ ਇੱਕ ਸਿੱਖ ਵਿਅਕਤੀ ਨੇ ਤੁਰੰਤ ਆਪਣੀ ਪੱਗ ਉਸ ਵੱਲ ਸੁੱਟੀ ਅਤੇ ਡੁੱਬ ਰਹੇ ਵਿਅਕਤੀ ਨੂੰ ਨਹਿਰ 'ਚੋਂ ਬਾਹਰ ਕੱਢ ਲਿਆ। ਜਾਣਕਾਰੀ ਮੁਤਾਬਕ ਲੁਧਿਆਣਾ ਦੇ ਰਹਿਣ ਵਾਲੇ ਸੰਤੋਸ਼ ਕੁਮਾਰ ਅਤੇ ਉਹਨਾਂ ਦੀ ਪਤਨੀ ਅਸ਼ਟਮੀ ਪੂਜਾ ਤੋਂ ਬਾਅਦ ਸਮੱਗਰੀ ਸਿੱਧਵਾਂ ਨਹਿਰ 'ਚ ਵਹਾਉਣ ਲਈ ਆਏ ਸਨ। ਜਦ ਸੰਤੋਸ਼ ਨਹਿਰ 'ਚ ਉੱਤਰ ਕੇ ਸਮੱਗਰੀ ਵਹਾਉਣ ਲੱਗੇ ਤਾਂ ਅਚਾਨਕ ਪੈਰ ਤਿਲਕ ਗਿਆ। ਪਾਣੀ ਦੇ ਤੇਜ਼ ਵਹਾਅ ਨੇ ਉਸ ਨੂੰ ਆਪਣੀ ਪਕੜ 'ਚ ਲੈ ਲਿਆ। ਸੰਤੋਸ਼ ਦੀ ਪਤਨੀ ਨੇ ਰੌਲਾ ਪਾਇਆ ਤਾਂ ਉੱਥੋਂ ਲੰਘ ਰਹੇ ਇੱਕ ਸਿੱਖ ਵਿਅਕਤੀ ਨੇ ਤੁਰੰਤ ਆਪਣੀ ਦਸਤਾਰ ਸਿਰ ਤੋਂ ਲਾਹ ਕੇ ਸੰਤੋਸ਼ ਵੱਲ ਸੁੱਟੀ। ਇਸ 'ਤੇ ਸੰਤੋਸ਼ ਨੂੰ ਪੱਗ ਦੇ ਸਹਾਰੇ ਪਾਣੀ 'ਚੋਂ ਬਾਹਰ ਕੱਢ ਲਿਆ। ਮਸੀਹਾ ਬਣ ਕੇ ਪਹੁੰਚੇ ਸਤਨਾਮ ਦਾ ਸੰਤੋਸ਼ ਦੀ ਪਤਨੀ ਸਮੇਤ ਹਰ ਕੋਈ ਧੰਨਵਾਦ ਕਰ ਰਿਹਾ ਹੈ। ਪੂਜਾ ਕਰਨ ਲੱਗੇ ਬਾਊ ਜੀ ਵਿੱਚ ਗਿਰ ਗਏ, ਬਿਲਕੁਲ ਬਹੁਤ ਵਧੀਆ। ਇਹਨਾਂ ਨੇ ਚੁੰਨੀ ਚਾਨੀ ਜਾਂ ਰੱਸੀ ਰੁੱਸੀ ਬੰਨ ਕੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਉਹ ਦੂਰ ਸੀ। ਉਹ ਕਹਿੰਦੇ ਮੈਂ ਜਾ ਰਿਹਾ, ਮੈਂ ਪੱਗ ਖੋਲ ਕੇ ਪੱਗ ਮੂਹਰੇ ਸਿੱਟ ਕੇ ਉਹਨਾਂ ਹੱਥ ਲੈ ਗਿਆ, ਬਚਾ ਲਿਆ। ਫਿਲਹਾਲ ਸਿੱਖ ਇੱਕ ਵਾਰ ਫਿਰ ਆਪਣੀ ਦਰਿਆਦਲੀ ਤੇ ਹੌਸਲੇ ਸਦਕਾ ਦੁਨੀਆ ਭਰ ਵਿੱਚ ਨੈਸ਼ਨਲ ਮੀਡੀਆ ਦੀਆਂ ਸੁਰਖੀਆਂ ਵਿੱਚ ਹਨ। ਲੁਧਿਆਣਾ ਤੋਂ ਬਿਊਰੋ ਰਿਪੋਰਟ, ਖਬਰ ਹਰਪਲ ਇੰਡੀਆ।